प्यारे विद्यार्थियों सब तो पहला मेरे चैनल पे ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਅੱਜ ਦੀ ਵੀਡੀਓ ਵਿੱਚ ਆਪਾਂ 9ਵੀਂ ਕਲਾਸ ਦੇ ਲਈ ਸਮਾਜਿਕ ਵਿਗਿਆਨ ਜੋ ਐਸਐਸਟੀ ਵਿਸ਼ਾ ਹੈ ਉਸ ਦੇ ਲਈ ਇੱਕ ਸੈਂਪਲ ਪੇਪਰ ਸੋਲਵ ਕਰਨ ਜਾ ਰਹੇ ਹਾਂ ਜੋ ਕਿ ਤੁਹਾਡੇ ਜੋ ਫਾਈਨਲ ਐਗਜ਼ਾਮ ਹੋ ਰਹੇ ਹਨ ਉਸ ਦੇ ਲਈ ਕਾਫੀ ਇੰਪੋਰਟੈਂਟ ਹੈ ਇਹ ਵਾਲਾ ਪੇਪਰ ਜੀ ਤੇ ਹੋਰ ਵੀ ਸੈਂਪਲ ਪੇਪਰ ਸੋਲਵ ਕਰਕੇ ਜਲਦੀ ਹੀ ਚੈਨਲ ਤੇ ਅਪਲੋਡ ਕਰ ਦਿੱਤੇ ਜਾਣਗੇ ਸਾਰੇ ਹੀ ਸੈਂਪਲ ਪੇਪਰ ਦਾ ਜੋ ਲਿੰਕ ਹੈ ਤਾਂ ਨੂੰ ਇਸੇ ਵੀਡੀਓ ਦਾ ਜੋ ਡਿਸਕ੍ਰਿਪਸ਼ਨ ਬਾਕਸ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ ਲਿੰਕ ਮਿਲੇਗਾ ਉਸ ਲਿੰਕ ਦੇ ਵਿੱਚ ਤੁਹਾਨੂੰ ਸਾਰੇ ਹੀ ਜੋ ਪੇਪਰ ਹਨ ਉਹ ਮਿਲ ਜਾਣਗੇ ਜੀ ਤੇ ਸਟੂਡੈਂਟ ਜਿੰਨੇ ਵੀ ਐਸਐਸਟੀ ਵਿਸ਼ੇ ਦੇ ਸੈਂਪਲ ਪੇਪਰ ਚੈਨਲ ਤੇ ਅਪਲੋਡ ਕੀਤੇ ਜਾਣਗੇ ਉਹ ਸਾਰੇ ਹੀ ਸਾਰੇ ਤੁਸੀਂ ਅੱਛੀ ਤਰ੍ਹਾਂ ਉਹਨਾਂ ਦੀ ਤਿਆਰੀ ਕਰਕੇ ਜਾਣੀ ਹੈ ਉਹਨਾਂ ਸੈਂਪਲ ਪੇਪਰਾਂ ਦੇ ਵਿੱਚੋਂ ਹੀ ਤੁਹਾਨੂੰ ਕੋਈ ਨਾ ਕੋਈ ਸੈਂਪਲ ਪੇਪਰ ਜ਼ਰੂਰ ਜੋ ਤੁਹਾਡਾ ਫਾਈਨਲ ਐਗਜ਼ਾਮ ਨਾਲ ਉਸ ਦੇ ਵਿੱਚ ਮਿਲ ਜਾਵੇਗਾ ਜੇਕਰ ਐਗਜ਼ੈਕਟ ਸੈਂਪਲ ਪੇਪਰ ਨਹੀਂ ਮਿਲਿਆ ਤਾਂ ਸੈਂਪਲ ਪੇਪਰ ਦੇ ਅੰਦਰ ਜੋ ਕੁਐਸਚਨਸ ਹੁੰਦੇ ਹਨ ਉਹ ਕਾਫੀ ਕੁਐਸ਼ਨਸ ਆਲਮੋਸਟ ਸਾਰੇ ਹੀ ਜੋ ਕੁਐਸ਼ਨ ਹਨ ਉਹ ਤੁਹਾਨੂੰ ਜੋ ਫਾਈਨਲ ਪੇਪਰ ਉਸ ਦੇ ਵਿੱਚ ਮਿਲ ਜਾਣਗੇ ਇਸ ਲਈ ਤੁਸੀਂ ਸਾਰੇ ਹੀ ਸੈਂਪਲ ਪੇਪਰਾਂ ਦੀ ਜੋ ਵੀ ਮੈਂ ਅਪਲੋਡ ਕਰ ਰਿਹਾ ਹਾਂ ਸਾਰੇ ਹੀ ਪੇਪਰਾਂ ਦੀ ਚੰਗੀ ਤਰ੍ਹਾਂ ਤਿਆਰੀ ਜਰੂਰ ਕਰਕੇ ਜਾਣੀ ਹੈ ਜੀ ਤੇ ਵਿਦਿਆਰਥੀਓ ਅੱਗੇ ਚੱਲਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਜਰੂਰ ਕਰਦਣਾ ਹੈ ਜੀ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦੇਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਦੇ ਨੋਟੀਫਿਕੇਸ਼ਨ ਨੂੰ ਜਰੂਰ ਔਨ ਕਰ ਲੈਣਾ ਹੈ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਆਓ ਬਦਾਰਥੀ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਕੁਐਸਚਨਸ ਨੂੰ ਸੋਲਵ ਕਰਦੇ ਹਾਂ ਜੀ ਸੋ ਪਹਿਲਾ ਕੁਐਸਚਨ ਆਪਣਾ ਕੁਸਤਰਾ ਹੈ ਜੀ ਜੀਵ ਰਾਖਵਾ ਖੇਤਰ ਕਾਜੀ ਰੰਗਾ ਭਾਰਤ ਦੇ ਕਿਸ ਰਾਜ ਦੇ ਵਿੱਚ ਸਥਿਤ ਹੈ ਤੋ ਉਹ ਹੈ ਜੀ ਅਸਾਮ ਦੇ ਵਿੱਚ ਦੂਸਰਾ ਹੈ ਜੀ ਖੇਤਰਫਲ ਪੱਖੋਂ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ਉਹ ਹੈ ਜੀ ਰੂਸ ਅਗਲਾ ਹੈ ਜੀ ਪੰਜਾਬ ਦੇ ਕਿਹੜੇ ਜ਼ਿਲ੍ਹੇ ਨੂੰ ਚਿੱਟੇ ਸੋਨੇ ਦੀ ਭੂਮੀ ਵੀ ਕਿਹਾ ਜਾਂਦਾ ਹੈ ਉਹ ਹੈ ਜੀ ਮਾਨਸਾ ਅਗਲਾ ਕੁਸ਼ਨ ਆਪਣੇ ਕੋ ਹੈ ਜੀ ਇੰਗਲੈਂਡ ਦੀ ਮੁਦਰਾ ਕਿਹੜੀ ਹੈ ਉਹ ਹੈ ਜੀ ਆਪਣੇ ਕੋ ਪੌਂਡ ਤੇ ਪੰਜਵਾਂ ਹੈ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਵਿਅਕਤੀਆਂ ਨੂੰ ਕਿਹੜਾ ਕਾਰਡ ਜਾਰੀ ਕੀਤਾ ਜਾਂਦਾ ਹੈ ਉਹ ਹੈ ਜੀ BPL ਕਾਰਡ ਬਲੂ ਪੋਵਰਟੀ ਲੈਵਲ ਕਾਰਡ ਜੋ ਹੁੰਦਾ ਹੈ ਅਗਲਾ ਹੈ ਜੀ ਭਾਈ ਲੈਣਾ ਕਿਹੜੇ ਗੁਰੂ ਸਹਿਬਾਨ ਦਾ ਪਹਿਲਾ ਨਾਮ ਸੀ ਉਹ ਸੀ ਗੁਰੂ ਅੰਗਦ ਦੇਵ ਜੀ ਦਾ ਜੀ ਅਗਲਾ ਹੈ ਜੀ ਨੈਪੋਲੀਅਨ ਫਰਾਂਸ ਦਾ ਰਾਜਾ ਕਦੋਂ ਬਣਿਆ 1804 ਈਸਵੀ ਦੇ ਵਿੱਚ ਇਸ ਨੂੰ ਅਗਲਾ ਕੁਸ਼ਣ ਦੇਖਦੇ ਹਾਂ ਜੀ ਅਗਲਾ ਕੁਸ਼ਣ ਹੈ ਜੀ ਰੂਸ ਦੀ ਕ੍ਰਾਂਤੀ ਦੌਰਾਨ ਬੋਲਸ਼ਵਿਕਾ ਦੀ ਅਗਵਾਈ ਕਿਸ ਨੇ ਕੀਤੀ ਲੈਨਿਨ ਨੇ ਉਦਯੋਗਿਕ ਕ੍ਰਾਂਤੀ ਕਿਹੜੇ ਦੇਸ਼ ਵਿੱਚ ਸ਼ੁਰੂ ਹੋਈ ਇੰਗਲੈਂਡ ਦੇ ਵਿੱਚ ਇਹ ਲਿਖਿਆਂ ਵਿੱਚੋਂ Veto ਸ਼ਕਤੀ ਕਿਹੜੇ ਦੇਸ਼ ਕੋਲ ਨਹੀਂ ਹੈ ਭਾਰਤ ਕੋਲ Veto ਸ਼ਕਤੀ ਹੁੰਦੀ ਹੈ ਨਾ ਕਹਿਣ ਦੀ ਸ਼ਕਤੀ ਉਹ ਭਾਰਤ ਕੋਲ ਨਹੀਂ ਹੈ ਜੀ ਅਗਲਾ ਹੈ ਜੀ ਸੰਵਿਧਾਨ ਲਿਖਣ ਵਾਲੇ ਵਾਲੀ ਕਮੇਟੀ ਦੇ ਪ੍ਰਧਾਨ ਕੌਣ ਸਨ ਡਾਕਟਰ ਬੀ ਆਰ ਅੰਬੇਦਕਰ ਅਗਲਾ ਹੈ ਜੀ ਬਾਲ ਮਜ਼ਦੂਰੀ ਕਿਸ ਅਧਿਕਾਰ ਦੁਆਰਾ ਬੰਦ ਕੀਤੀ ਗਈ ਸ਼ੋਸ਼ਣ ਵਿਰੁੱਧ ਅਧਿਕਾਰ ਦੁਆਰਾ ਆਓ ਨੈਕਸਟ ਦੇਖਦੇ ਹਾਂ ਜੀ ਨੈਕਸਟ ਆਪਣੇ ਕੋ ਕੁਝ ਦਾ ਕੀ ਆਨਸਰ ਆ ਸਕਦਾ ਹੈ ਪਹਿਲੇ ਵਾਲਾ ਕੁਸ਼ਣ ਹੈ ਜੀ ਭਾਰਤ ਦਾ ਸੰਵਿਧਾਨਕ ਨਾਮ ਡੈਸ਼ ਹੈ ਤੇ ਭਾਰਤ ਦਾ ਸੰਵਿਧਾਨਕ ਨਾਮ ਹੈ ਜੀ ਭਾਰਤ ਗਣਰਾਜ ਅਗਲਾ ਹੈ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਹੈ ਇਹ ਬਿਲਕੁਲ ਸਹੀ ਹੈ ਜੀ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਕਿਹੜਾ ਹੈ ਸੁੰਦਰਬਨ ਡੈਲਟਾ ਸੁਨਾਮੀ ਸ਼ਬਦ ਕਿਹੜੀ ਭਾਸ਼ਾ ਦਾ ਹੈ ਜੀ ਜਾਪਾਨੀ ਭਾਸ਼ਾ ਦਾ ਪੰਜਾਬ ਨੂੰ ਦੇਸ਼ ਦੀ ਅਨਾਜ ਟੋਕਰੀ ਵਜੋਂ ਵੀ ਜਾਣਿਆ ਜਾਂਦਾ ਹੈ ਬਿਲਕੁਲ ਸਹੀ ਹੈ ਜੀ ਭਾਰਤ ਦਾ ਦੁਨੀਆ ਦੀ ਜਨਸੰਖਿਆ ਦੇ ਆਕਾਰ ਵਜੋਂ ਡੈਸ਼ ਸਥਾਨ ਹੈ ਦੂਜਾ ਸਥਾਨ ਹੈ ਜੀ Vedic ਕਾਲ ਵਿੱਚ ਪੰਜਾਬ ਨੂੰ ਕੀ ਨਾਮ ਦਿੱਤਾ ਗਿਆ ਸੀ ਸप्त ਸਿੱਧੂ ਅਗਲਾ ਹੈ ਜੀ ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਕਿਹੜੇ ਗੁਰੂ ਸਾਹਿਬਾਨ ਨੇ ਧਾਰਨ ਕੀਤੀਆਂ ਇਸ ਦਾ ਹੈ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਅਗਲਾ ਹੈ ਜੀ ਸੋਸ਼ਲ ਕੰਟਰੈਕਟ ਨਾਮ ਦੀ ਪੁਸਤਕ ਦਾ ਲੇਖਕ ਰੂਸੋ ਸੀ ਬਿਲਕੁਲ ਸਹੀ ਹੈ ਜੀ ਧਰਮ ਨਿਰਪੱਖ ਦਾ ਅਰਥ ਹੈ ਕਿ ਲੋਕ ਕਿਸੇ ਵੀ ਧਰਮ ਨੂੰ ਅਪਣਾਉਣ ਲਈ ਸੁਤੰਤਰ ਹਨ ਇਹ ਬਿਲਕੁਲ ਸਹੀ ਹੈ ਜੀ ਭਾਰਤ ਵਿੱਚ VOTER ਸੂਚੀਆਂ ਤਿਆਰ ਕਰਵਾਉਣ ਦਾ ਕੰਮ ਡੈਸ਼ ਕਮਿਸ਼ਨ ਕਰਦਾ ਹੈ ਜੀ ਚੋਣ ਕਮਿਸ਼ਨ ਕਰਦਾ ਹੈ ਜੀ ਤੇ ਆਓ ਹੁਣ ਆਪਾਂ ਨੈਕਸਟ ਦੇਖਦੇ ਹਾਂ ਜੀ ਨੈਕਸਟ ਹੈ ਜੀ ਆਪਣੇ ਕੋ ਪ੍ਰਧਾਨ ਮੰਤਰੀ ਤੇ ਮੰਤਰੀਆਂ ਨੂੰ ਅਹੁਦੇ ਦੀ ਸੌ ਡੈਸ਼ ਚਕਵਾਉਂਦਾ ਹੈ ਉਹ ਹੈ ਜੀ ਰਾਸ਼ਟਰਪਤੀ ਤੇ ਆ ਉਸ ਨੂੰ ਹੁਣ ਆਪਾਂ ਅਗਲੇ ਕੁਐਸਚਨ ਦੇਖਦੇ ਹਾਂ ਜੀ ਤੇ ਦੇਖੋ ਆਪਣੇ ਕੋ ਕਿੰਨੇ ਕੁਐਸਚਨ ਅੱਗੇ ਹਨ ਜੀ 8 ਲਿਖੇ ਪ੍ਰਸ਼ਨਾਂ ਦੇ ਉੱਤਰ ਆਪਾਂ ਦੇਣੇ ਹਨ 50 ਸ਼ਬਦਾਂ ਦੇ ਵਿੱਚ ਇਹ ਆਪਣੇ ਕੋਲ 8 ਪ੍ਰਸ਼ਨ ਹਨ ਜੀ ਤੇ ਅਗਲੇ ਆਪਣੇ ਕੋਲ 5 ਪ੍ਰਸ਼ਨ ਹਨ ਇਹਨਾਂ ਦੇ ਆਪਾਂ ਆਨਸਰ ਦੇਣੇ ਹਨ ਸ਼ਾਰਟ 100 ਸ਼ਬਦਾਂ ਦੇ ਵਿੱਚ ਤੇ 8 ਤੇ 5 13 ਕੁਐਸਚਨ ਹਨ ਤੇ ਆਹ ਹੁਣ ਆਪਾਂ 13 ਦੇ 13 ਕੁਐਸਚਨ ਜੋ ਹਨ ਉਹ ਇੱਕ ਇੱਕ ਕਰਕੇ ਉਹਨਾਂ ਦੇ ਆਨਸਰ ਦੇਖਦੇ ਹਾਂ ਕਿ ਉਹਨਾਂ ਦੇ ਆਨਸਰ ਕੀ ਹੋ ਸਕਦੇ ਹਨ ਜੀ ਸੋ ਪਹਿਲਾ ਕੁਐਸਚਨ ਹੈ ਜੀ ਜਲਵਾਜੂ ਅਤੇ ਮੌਸਮ ਦੇ ਵਿੱਚ ਕੀ ਅੰਤਰ ਹੁੰਦਾ ਹੈ ਸਪਸ਼ਟ ਕਰੋ ਤੇ ਪਹਿਲਾਂ ਦੇਖੋ ਜਲਵਾਯੂ ਕੀ ਹੈ ਜੀ ਕਿਸੇ ਸਥਾਨ ਦੇ ਲੰਬੇ ਸਮੇਂ ਦੇ ਮੌਸਮ ਦੀ ਔਸਤ ਲਗਭਗ 30 ਸਾਲਾਂ ਦੇ ਜੋ ਸਮੇਂ ਦੇ ਵਿੱਚ ਮੌਸਮ ਦੇ ਵਿੱਚ ਜੋ ਤਬਦੀਲੀਆਂ ਆਉਂਦੀਆਂ ਹਨ ਉਹਨਾਂ ਦੀ ਔਸਤ ਮਿੱਥ ਕੇ ਜੋ ਸਿੱਟਾ ਕੱਢਿਆ ਜਾਂਦਾ ਹੈ ਉਸ ਨੂੰ ਉਸ ਥਾਂ ਦਾ ਜਲਵਾਯੂ ਕਿਹਾ ਜਾਂਦਾ ਹੈ ਲੰਬੇ ਸਮੇਂ ਦੇ ਤਾਪਮਾਨ ਵਾਯੂ ਦਾਬ ਪੌਣਾ ਵਰਖਾ ਦੀ ਔਸਤ ਤੇ ਨਿਰਪਰ ਹੁੰਦਾ ਹੈ ਜੀ ਤੋ ਜਲਵਾਯੂ ਹੈ ਉਹ ਕੀ ਹੈ ਜੀ ਲੰਬੇ ਸਮੇਂ ਦੇ ਲਈ ਕੱਢਿਆ ਜਾਂਦਾ ਹੈ ਤੇ ਜੋ ਮੌਸਮ ਹੈ ਉਹ ਕੀ ਹੈ ਜੀ ਮੌਸਮ ਕਿਸੇ ਵੀ ਥਾਂ ਦੇ ਵਿਸ਼ੇਸ਼ ਸਮੇਂ ਉੱਤੇ ਉਸ ਥਾਂ ਦੇ ਤਾਪਮਾਨ ਵਰਖਾ ਸੂਰਜੀ ਰੋਸ਼ਨੀ વાਯੂ ਦਾਬ ਅਤੇ ਪੌਣਾ ਦੀ ਹਾਲਤ ਨੂੰ ਕਹਿੰਦੇ ਹਨ ਮੌਸਮ ਇੱਕ ਦਿਨ ਵਿੱਚ ਕਈ ਵਾਰ ਬਦਲ ਸਕਦਾ ਹੈ ਪਰ ਜਲਵਾਯੂ ਨਹੀਂ ਬਦਲਦੀ ਹੈ ਜੀ ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ ਸੁਣੋ ਲਾ ਕੁਸ਼ਨ ਆਇਆ ਜੀ ਪ੍ਰਵਾਸ ਦੇ ਕੀ ਕੀ ਮੁੱਖ ਕਾਰਨ ਹੋ ਸਕਦੇ ਹਨ ਜੀ ਪ੍ਰਵਾਸ ਹੁੰਦਾ ਹੈ ਕਿ ਜਦੋਂ ਆਪਾਂ ਇੱਕ ਸਥਾਨ ਛੱਡ ਕੇ ਦੂਸਰੇ ਸਥਾਨ ਵੱਲ ਚਲੇ ਜਾਂਦੇ ਹਾਂ ਤ ਉਸ ਨੂੰ ਪ੍ਰਵਾਸ ਕਹਿੰਦੇ ਹਨ ਜੀ ਤੇ ਪ੍ਰਵਾਸ ਦੇ ਕੀ ਕਾਰਨ ਹੋ ਸਕਦੇ ਹਨ ਜੀ ਖੇਤੀਬਾੜੀ ਕਰਨ ਲਈ ਜ਼ਮੀਨ ਦੀ ਭਾਲ ਲਈ ਇੱਧਰ ਉੱਧਰ ਜਾਣਾ ਰੁਜ਼ਗਾਰ ਦੀ ਭਾਲ ਲਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲੇ ਜਾਣਾ ਕਮਾਈ ਦੀ ਆਸ ਦੇ ਲਈ ਤੱਕੇ ਦੇ ਨਾਲ ਪ੍ਰਵਾਸ ਅੱਛੀਆਂ ਸਹੂਲਤਾਂ ਵਾਲੇ ਪਿੰਡ ਤੋਂ ਸ਼ਹਿਰ ਵੱਲ ਨੂੰ ਪ੍ਰਵਾਸ ਕਰ ਜਾਣਾ ਜਾਂ ਵਿਆਹ ਕਾਰਨ ਪ੍ਰਵਾਸ ਕਰ ਜਾਣਾ ਤੇ ਆਓ ਅਗਲਾ ਕੁਸ਼ਣ ਦੇਖਦੇ ਹਾਂ ਜੀ ਸੋਹਲਾ ਕੁਸ਼ਣ ਹੈ ਜੀ ਆਪਾਂ ਗਰੀਬੀ ਦੇ ਦੋ ਦੀ ਜਗ੍ਹਾ ਤਿੰਨ ਕਾਰਨ ਦੱਸਣੇ ਹਨ ਜੀ ਤੇ ਪਹਿਲਾ ਕਾਰਨ ਹੈ ਜੀ ਆਪਣੇ ਕੋ ਆਰਥਿਕ ਵਿਕਾਸ ਦੀ ਧੀਮੀ ਦਰ ਦੂਸਰਾ ਹੈ ਭਾਰੀ ਜਨਸੰਖਿਆ ਦਾ ਦਬਾਅ ਤੇ ਤੀਸਰਾ ਆਪਣੇ ਕੋ ਹੈ ਜੀ ਬੇਰੁਜ਼ਗਾਰੀ ਤੇ ਆਓ ਅਗਲਾ ਕੁਸ਼ਣ ਦੇਖਦੇ ਹਾਂ ਜੀ ਸੋਹਲਾ ਕੁਸ਼ਣ ਹੈ ਜੀ ਆਰਥਿਕ ਅਤੇ ਅਣ ਆਰਥਿਕ ਕਿਰਿਆਵਾਂ ਦੇ ਵਿੱਚ ਅੰਤਰ ਕੀ ਹੈ ਜੀ ਦੇਖੋ ਜੀ ਆਰਥਿਕ ਕਿਰਿਆਵਾਂ ਏ ਕ੍ਰਿਆਵਾਂ ਧਨ ਕਮਾਉਣ ਲਈ ਕੀਤੀਆਂ ਜਾਂਦੀਆਂ ਹਨ ਜੀ ਤੇ ਅਨਾਰਥਿਕ ਕ੍ਰਿਆਵਾਂ ਏ ਕ੍ਰਿਆਵਾਂ ਧਨ ਕਮਾਉਣ ਲਈ ਨਹੀਂ ਕੀਤੀਆਂ ਜਾਂਦੀਆਂ ਹਨ ਜੀ ਇਨ੍ਹਾਂ ਕ੍ਰਿਆਵਾਂ ਦੇ ਨਾਲ ਰਾਸ਼ਟਰੀ ਆਮਦਨ ਦੇ ਵਿੱਚ ਵਾਧਾ ਹੁੰਦਾ ਹੈ ਇਨ੍ਹਾਂ ਕ੍ਰਿਆਵਾਂ ਦੇ ਨਾਲ ਰਾਸ਼ਟਰੀ ਆਮਦਨ ਵਿੱਚ ਕੋਈ ਵਾਧਾ ਨਹੀਂ ਹੁੰਦਾ ਹੈ ਜੀ ਏ ਕ੍ਰਿਆਵਾਂ ਵਸਤਾਂ ਅਤੇ ਸੇਵਾਵਾਂ ਦੇ ਪ੍ਰਵਾਹ ਵਿੱਚ ਹਿੱਸਾ ਪਾਉਂਦੀਆਂ ਹਨ ਏ ਕ੍ਰਿਆਵਾਂ ਵਸਤਾਂ ਅਤੇ ਸੇਵਾਵਾਂ ਦੇ ਪ੍ਰਵਾਹ ਵਿੱਚ ਕੋਈ ਹਿੱਸਾ ਨਹੀਂ ਪਾਉਂਦੀਆਂ ਹਨ ਜੀ ਤੇ ਆਪ ਅਗਲਾ ਕੁਐਸਚਨ ਦੇਖਦੇ ਹਾਂ ਜੀ। ਉਹ ਵਾਲਾ ਕੁਐਸਚਨ ਹੈ ਜੀ ਜਨਤਕ ਵੰਡ ਪ੍ਰਣਾਲੀ ਤੋਂ ਕੀ ਭਾਵ ਹੈ? ਤੇ ਆਨਸਰ ਲਿਖਣਾ ਹੈ ਜੀ ਭਾਰਤੀ ਖਾਦ ਨਿਗਮ ਜਿਸ ਨੂੰ ਆਪਾਂ FCI ਕਹਿੰਦੇ ਨੇ ਹਨ ਫੂਡ ਕਾਰਪੋਰੇਸ਼ਨ ਆਫ ਇੰਡੀਆ ਰਾਹੀਂ ਖਰੀਦ ਕੀਤੀ ਗਈ ਹੈ ਕੀਤਾ ਗਿਆ ਅਨਾਜ ਸਰਕਾਰ ਵੱਲੋਂ ਨਿਰਧਾਰਤ ਕੀਤੇ ਰਾਸ਼ਨ ਦੀਪੂਆਂ ਰਾਹੀਂ ਸਮਾਜ ਦੇ ਗਰੀਬ ਵਰਗ ਨੂੰ ਵੰਡਿਆ ਜਾਂਦਾ ਹੈ। ਇਸ ਵਿਧੀ ਨੂੰ ਜਨਤਕ ਵੰਡ ਪ੍ਰਣਾਲੀ ਕਹਿੰਦੇ ਹਨ। ਸਸਤੀ ਰਾਸ਼ਨ ਦੇ ਡਿਪੂ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਦੇ ਹਰ ਖੇਤਰ ਵਿੱਚ ਸਥਾਪਿਤ ਹਨ ਰਾਸ਼ਨ ਦੀਆਂ ਦੁਕਾਨਾਂ ਨੂੰ ਉਚਿਤ ਮੁੱਲ ਤੇ ਵੇਚਣ ਵਾਲੀਆਂ ਦੁਕਾਨਾਂ ਵੀ ਕਿਹਾ ਜਾਂਦਾ ਹੈ ਜੀ ਤੇ ਆਹ ਹੁਣ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ ਜੀ ਉਹ ਵਾਲਾ ਕੁਐਸਚਨ ਹੈ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਕੀ ਸੀ ਖusro ਜਹਾਂਗੀਰ ਦਾ ਪੁੱਤਰ ਸੀ ਉਸਨੇ ਰਾਜਗਦੀ ਪ੍ਰਾਪਤ ਕਰਨ ਲਈ ਆਪਣੇ ਪਿਤਾ ਜਹਾਂਗੀਰ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਸੀ ਜਹਾਂਗੀਰ ਨੇ ਖੁਸਰੋ ਨੂੰ ਗ੍ਰਿਫਤਾਰ ਕਰਨ ਦੇ ਲਈ ਉਸ ਦੇ ਪਿੱਛੇ ਸੈਨਾ ਭੇਜ ਦਿੱਤੀ ਖੁਸਰੋ ਗੁਰੂ ਸਾਹਿਬ ਜੀ ਨੂੰ ਗੋਇੰਦਵਾਲ ਵਿਖੇ ਮਿਲਿਆ ਸਿੱਖ ਮਰਿਆਦਾ ਦੇ ਅਨੁਸਾਰ ਗੁਰੂ ਜੀ ਨੇ ਉਸ ਨੂੰ ਗੁਰੂ ਘਰ ਆਉਣ ਤੇ ਆਦਰਮਾਨ ਕੀਤਾ ਅਤੇ ਲੰਗਰ ਸ਼ਿਕਾਇਆ ਇਸ ਕਾਰਨ ਵਿਰੋਧੀਆਂ ਨੇ ਜਹਾਂਗੀਰ ਦੇ ਕੰਨ ਭਰ ਦਿੱਤੇ ਕਿ ਗੁਰੂ ਜੀ ਨੇ ਖੁਸਰੋ ਨੂੰ ਸ਼ਰਨ ਦਿੱਤੀ ਹੈ ਜਹਾਂਗੀਰ ਨੇ ਖੁਸਰੋ ਦੀ ਸਹਾਇਤਾ ਕਰਨ ਦੇ ਦੋਸ਼ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਗ੍ਰਿਫਤਾਰੀ ਦਾ ਆਦੇਸ਼ ਕਰ ਦਿੱਤਾ। ਤੁਹਾਨੂੰ ਅਗਲਾ ਕੁਸ਼ਨ ਇਸ ਤਰ੍ਹਾਂ ਹੈ ਜੀ ਗਣਤੰਤਰ ਦੇਸ਼ ਕਿਹੜਾ ਹੁੰਦਾ ਹੈ? ਭਾਰਤ ਇੱਕ ਗਣਤੰਤਰ ਦੇਸ਼ ਹੈ। ਭਾਰਤ ਦਾ ਮੁਖੀਆ ਰਾਸ਼ਟਰਪਤੀ ਲੋਕਾਂ ਦੁਆਰਾ ਅਸਿੱਧੇ ਤੌਰ ਤੇ ਚੁਣਿਆ ਚੁਣਿਆ ਜਾਂਦਾ ਹੈ ਜਿਸ ਦੇਸ਼ ਦਾ ਮੁਖੀਆ ਲੋਕਾਂ ਦੁਆਰਾ ਸਿੱਧੇ ਜਾਂ ਅਸਿੱਧੇ ਤੌਰ ਤੇ ਚੁਣਿਆ ਜਾਂਦਾ ਹੋਵੇ ਉਸ ਦੇਸ਼ ਨੂੰ ਗਣਤੰਤਰ ਕਹਿੰਦੇ ਹਨ ਇਸ ਕਰਕੇ ਭਾਰਤ ਲੋਕਤੰਤਰ ਹੋਣ ਦੇ ਨਾਲ ਨਾਲ ਗਣਤੰਤਰ ਦੇਸ਼ ਵੀ ਹੈ ਜੀ ਤੇ ਆਹ ਅਗਲਾ ਕੁਸ਼ਣ ਦੇਖਦੇ ਹਾਂ ਜੀ ਅਗਲਾ ਕੁਸ਼ਣ ਹੈ ਜੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਿਵੇਂ ਹੁੰਦੀ ਹੈ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਸ ਦਲ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ ਉਸ ਦਲ ਦੇ ਨੇਤਾ ਨੂੰ ਰਾਸ਼ਟਰਪਤੀ ਦੁਆਰਾ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਹੈ ਬਹੁਮਤ ਪਾਰਟੀ ਦਾ ਨੇਤਾ ਹੋਣ ਕਰਕੇ ਪ੍ਰਧਾਨ ਮੰਤਰੀ ਲੋਕਾਂ ਲੋਕ ਸਭਾ ਦਾ ਵੀ ਨੇਤਾ ਹੁੰਦਾ ਹੈ ਜੀ ਤੇ ਆਓ ਅਗਲਾ ਕੁਸ਼ਣ ਦੇਖਦੇ ਹਾਂ ਜੀ ਸਮਾਹਲਾ ਕੁਸ਼ਣ ਹੈ ਜੀ ਕੁਦਰਤੀ ਬਨਸਪਤੀ ਮਨੁੱਖੀ ਸਮਾਜ ਦੇ ਫੇਫੜੇ ਹੁੰਦੇ ਹਨ ਕਿਵੇਂ ਕੁਦਰਤੀ ਬਨਸਪਤੀ ਮਨੁੱਖੀ ਸਮਾਜ ਦੇ ਫੇਫੜੇ ਹੁੰਦੇ ਹਨ ਇਹ ਕਈ ਤਰੀਕਿਆਂ ਦੇ ਨਾਲ ਮਨੁੱਖ ਦੀ ਸਹਾਇਤਾ ਕਰਦੇ ਹਨ ਇਨ੍ਹਾਂ ਦੇ ਲਾਭ ਹੀ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ ਜੀ ਜੰਗਲ ਬਹੁਤ ਵੱਡੀ ਮਾਤਰਾ ਦੇ ਵਿੱਚ ਕਾਰਬਨ ਡਾਈਆਕਸਾਈਡ ਵਰਤਦੇ ਹਨ ਅਤੇ ਹਵਾ ਦੇ ਵਿੱਚ ਆਕਸੀਜਨ ਛੱਡਦੇ ਹਨ ਜਿਹੜੀ ਕਿ ਜਾਨਵਰਾਂ ਅਤੇ ਮਨੁੱਖਾਂ ਨੂੰ ਜੀਵਨ ਦਿੰਦੀ ਹੈ ਜੰਗਲ ਜੀਵਾਂ ਨੂੰ ਆਪਣੇ ਵੱਲ ਖਿੱਚਦੇ ਹਨ ਅਤੇ ਉਹਨਾਂ ਨੂੰ ਖਾਣ ਵਾਸਤੇ ਭੋਜਨ ਅਤੇ ਰਹਿਣ ਵਾਸਤੇ ਠਾਹਰ ਪ੍ਰਦਾਨ ਕਰਦੇ ਹਨ ਜੰਗਲ ਸੂਰਜ ਦੀ ਚਮਕ, ਆਵਾਜ਼ ਪ੍ਰਦੂਸ਼ਣ ਅਤੇ ਪੌਣਾ ਦੀ ਰਫ਼ਤਾਰ ਨੂੰ ਘਟ ਕਰਨ ਵਿੱਚ ਮਦਦ ਕਰਦੇ ਹਨ। ਜੰਗਲ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਦੇ ਵਿੱਚ ਵੀ ਸਹਾਇਤਾ ਕਰਦੇ ਹਨ। ਜੰਗਲ ਕਈ ਤਰ੍ਹਾਂ ਦੀਆਂ ਔਸ਼ਦਿਕ ਜੜੀ-ਬੂਟੀਆਂ ਅਤੇ ਅਤੇ ਪੌਦੇ ਮਿਲਦੇ ਹਨ। ਜੰਗਲ ਦੇ ਵਿੱਚ ਕਈ ਤਰ੍ਹਾਂ ਦੀਆਂ ਔਸ਼ਦਿਕ ਜੜੀ-ਬੂਟੀਆਂ ਤੇ ਪੌਦੇ ਮਿਲਦੇ ਹਨ ਜਿਹੜੇ ਨਵੀਆਂ ਦਵਾਈਆਂ ਦੀ ਖੋਜ ਕਰਨ ਲਈ ਸਾਇੰਸਦਾਨਾ ਵਾਸਤੇ ਬਹੁਤ ਹੀ ਸਹਾਇਕ ਹੁੰਦੇ ਹਨ। ਆਮ ਤੌਰ ਤੇ ਜੰਗਲ ਸਾਡੇ ਵਾਤਾਵਰਨ ਨੂੰ ਸਿਹਤ ਅਤੇ ਸੁੰਦਰ ਬਣਾਉਣ ਦੇ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ ਜੰਗਲ ਭੌਂਖੋਰ ਨੂੰ ਰੋਕਦੇ ਹਨ ਅਤੇ ਵਰਖਾ ਕਰਵਾਉਣ ਦੇ ਵਿੱਚ ਸਹਿਤ ਸਹਾਇੀ ਹੁੰਦੇ ਹਨ ਜੀ ਆਓ ਅਗਲਾ ਦੇਖਦੇ ਹਾਂ ਜੀ ਅਗਲਾ ਕੁਸ਼ਣ ਹੈ ਜੀ ਆਰਥਿਕ ਕਿਰਿਆ ਕੀ ਹੈ ਇੱਕ ਉਦਾਹਰਨ ਦਿਓ ਉਹ ਕਿਰਿਆ ਜੋ ਕਿ ਇੱਕ ਵਿਅਕਤੀ ਦੁਆਰਾ ਘੱਟ ਸਾਧਨਾਂ ਦੀ ਵਰਤੋਂ ਕਰਕੇ ਜ਼ਿਆਦਾ ਲੋੜਾਂ ਪੂਰੀਆਂ ਕਰਨ ਲਈ ਕੀਤੀ ਜਾਂਦੀ ਹੈ ਅਤੇ ਜਿਸ ਦਾ ਮੁੱਖ ਮੰਤਵ ਧਨ ਕਮਾਉਣ ਲਈ ਕੰਮ ਕਰਨਾ ਹੈ ਉਦਾਹਰਨ ਲਈ ਇੱਕ ਅਧਿਆਪਕ ਦੁਆਰਾ ਸਕੂਲ ਦੇ ਵਿੱਚ ਪੜਾਉਣਾ ਵੀ ਕੀ ਹੈ ਇੱਕ ਆਰਥਿਕ ਕਿਰਿਆ ਹੈ ਤੇ ਅਸਟੋ ਅਗਲਾ ਕੁਸ਼ਣ ਦੇਖਦੇ ਹਾਂ ਜੀ ਸਵਾਲਾ ਕੁਸ਼ਣ ਆਪਣੇ ਕਿਸ ਤਰ੍ਹਾਂ ਹੈ ਜੀ ਉਹਨਾਂ ਹਾਲਾਤਾਂ ਦਾ ਵਰਣਨ ਕਰੋ ਜਿਸ ਕਾਰਨ ਫਰਾਂਸੀਸੀ ਕ੍ਰਾਂਤੀ ਹੋਈ ਫਰਾਂਸੀਸੀ ਕ੍ਰਾਂਤੀ ਇਤਿਹਾਸ ਦੀ ਇੱਕ ਅਹਿਮ ਘਟਨਾ ਹੈ ਇਸ ਕ੍ਰਾਂਤੀ ਨੇ ਇਤਿਹਾਸ ਤੇ ਬਹੁਤ ਡੂੰਗਾ ਪ੍ਰਭਾਵ ਪਾਇਆ ਪਹਿਲਾ ਪੁਆਇੰਟ ਹੈ ਜੀ 1780 ਦੇ ਸਮੇਂ ਫਰਾਂਸੀਸੀ ਸਰਕਾਰ ਵਿੱਤੀ ਸੰਕਟ ਨੂੰ ਘਟ ਕਰਨ ਲਈ ਟੈਕਸ ਵਧਾਉਣ ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਸੀ ਇਸ ਨਾਲ ਲੋਕਾਂ ਦੇ ਵਿੱਚ ਰੋਸ ਦੀ ਭਾਵਨਾ ਪੈਦਾ ਹੋਈ ਜਿਸ ਨੇ ਫਰਾਂਸੀਸੀ ਕ੍ਰਾਂਤੀ ਦੇ ਲਈ ਰਾਹ ਪੱਧਰਾ ਕੀਤਾ ਰਾਜਤੰਤਰ ਹੋਣ ਦੇ ਕਾਰਨ ਰਾਜਾ ਆਪਣੇ ਆਪ ਨੂੰ ਰੱਬ ਦਾ ਪ੍ਰਤੀਨਿਧ ਮੰਨਦਾ ਸੀ ਕਈ ਸਾਲਾਂ ਤੋਂ ਚੱਲ ਰਹੇ ਜੁੱਦਾਂ ਦੇ ਕਾਰਨ ਸੈਨਾ ਦੇ ਰੱਖ-ਰਖਾਵ ਵਰਸਿਲਿਸ ਦੇ ਮਹਿਲਾਂ ਦੀ ਦੇਖਰੇਖ ਤੇ ਖਰਚ ਅਤੇ ਸਰਕਾਰੀ ਦਫਤਰਾਂ ਨੂੰ ਚਲਾਉਣ ਦੇ ਖਰਚ ਨੇ ਫਰਾਂਸ ਦਾ ਖਜ਼ਾਨਾ ਖਾਲੀ ਕਰ ਦਿੱਤਾ। ਫਰਾਂਸੀਸੀ ਸਮਾਜ ਤਿੰਨ ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ ਪਾਦਰੀ ਵਰਗ, ਕੁਲੀਨ ਵਰਗ ਅਤੇ ਸਧਾਰਨ ਵਰਗ। ਤੀਜੇ ਵਰਗ ਨੂੰ ਸਭ ਤੋਂ ਜ਼ਿਆਦਾ ਟੈਕਸ ਦੇਣਾ ਪੈਂਦਾ ਸੀ। ਫਰਾਂਸ ਦੀ ਅਰਥਵਿਵਸਥਾ ਮੁੱਖ ਤੌਰ ਤੇ ਖੇਤੀਬਾੜੀ ਦੇ ਉੱਪਰ ਨਿਰਧਾਰਿਤ ਸੀ। ਫਰਾਂਸ ਦੇ ਕਿਸਾਨ ਕਰਾਂ ਦੇ ਭਾਰ ਹੇਠ ਦੱਬੇ ਹੋਏ ਸਨ। ਕਿਸਾਨਾਂ ਨੂੰ ਦੋ ਅਪਰਤੱਖ ਕਰ ਤਿੱਥੇ ਅਤੇ ਟਾਈਲੇ ਵੀ ਦੇਣੇ ਪੈਂਦੇ ਸਨ ਪੜੇ ਲਿਖੇ ਲੋਕਾਂ ਨੂੰ ਅਮਰੀਕਨ ਕ੍ਰਾਂਤੀ ਅਤੇ ਪ੍ਰਬੋਧਨ ਅਦੋ ਅੰਦੋਲਨ ਬਾਰੇ ਜਾਣਕਾਰੀ ਸੀ ਫਰਾਂਸ ਦੇ ਵਿਦਵਾਨ ਜਿਵੇਂ ਕਿ ਵਾਲਟੇਅਰ ਰੂਸੋ ਤੇ ਮੈਂਟੈਕਸਕੀਓ ਆਦਿ ਨੇ ਸਰਕਾਰ ਦੀਆਂ 부ਧਿਕੀਆਂ ਤੇ ਚਾਨਣਾ ਪਾਇਆ ਅਤੇ ਹੋਰ ਹੋ ਰਹੇ ਭੇਦਭਾਵ ਅਸਮਾਨਤਾ ਵਿਰੁੱਧ ਲੋਕਾਂ ਦੀਆਂ ਭਾਵਨਾਵਾਂ ਨੂੰ ਜਾਗਰੂਕ ਕੀਤਾ ਦੇ ਆਸਣ ਹੁਣ ਆਪਾਂ ਅਗਲਾ ਕੁਸ਼ਣ ਦੇਖਦੇ ਹਾਂ ਜੀ ਸੁਣਿਆ ਕੁਸ਼ਣ ਹੈ ਜੀ ਚੋਣ ਪ੍ਰਕਿਰਿਆ ਦੇ ਮੁੱਖ ਪੜਾਵਾਂ ਦਾ ਸੰਖੇਪ ਵਰਣਨ ਕਰੋ ਪਹਿਲਾ ਹੈ ਜੀ ਚੋਣ ਖੇਤਰ ਨਿਰਧਾਰਿਤ ਕਰਨਾ ਲੋਕ ਸਭਾ ਦੀਆਂ ਚੋਣਾਂ ਵਿੱਚ ਸਾਰੇ ਦੇਸ਼ ਨੂੰ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸਾਰੇ ਰਾਜ ਨੂੰ ਬਰਾਬਰ ਚੋਣ ਖੇਤਰਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ ਇਹ ਕੰਮ ਯੋਜਨਾਬੰਦੀ ਕਮਿਸ਼ਨ ਦੁਆਰਾ ਕੀਤਾ ਜਾਂਦਾ ਹੈ ਚੋਣ ਮਿਤੀਆਂ ਦੀ ਘੋਸ਼ਣਾ ਮੁੱਖ ਚੋਣ ਕਮਿਸ਼ਨ ਵੱਲੋਂ ਚੋਣਾਂ ਕਰਵਾਉਣ ਲਈ ਸਮਾਸਾਰਣੀ ਤਿਆਰ ਕੀਤੀ ਜਾਂਦੀ ਹੈ ਤੇ ਸਮਾਸਾਰਣੀ ਅਨੁਸਾਰ ਹੀ ਕੇਂਦਰ ਵਿੱਚ ਰਾਸ਼ਟਰਪਤੀ ਅਤੇ ਰਾਜਾਂ ਵਿੱਚ ਗਵਰਨਰ ਨੋਟੀਫਿਕੇਸ਼ਨ ਜਾਰੀ ਕਰ ਦਿੰਦੇ ਹਨ ਨਾਮਜ਼ਦਗੀ ਪੱਤਰ ਪਰਨਾ ਚੋਣ ਲੜਨ ਦੇ ਚਾਹਵਨ ਉਮੀਦਵਾਰ ਨੂੰ ਆਮ ਤੌਰ ਤੇ 8 ਦਿਨਾਂ ਦਾ ਸਮਾਂ ਨਾਮਜ਼ਦਗੀ ਪੱਤਰ ਪਰਨੇ ਦਿੱਤਾ ਜਾਂਦਾ ਹੈ ਰਿਟਰਨਿੰਗ ਅਫਸਰ ਦੁਆਰਾ ਨਾਮਜ਼ਦਗੀ ਪੱਤਰਾਂ ਦਾ ਨਿਰੇਖਣ ਕੀਤਾ ਜਾਂਦਾ ਹੈ ਅਗਲਾ ਹੈ ਜੀ ਨਾਮਜ਼ਿੰਦਗੀ ਪੱਤਰ ਵਾਪਸ ਲੈਣਾ ਨਾਮਜ਼ਿੰਦਗੀ ਪੱਤਰ ਦਾਖਲ ਹੋਣ ਦੀ ਅੰਤਿਮ ਮਿਤੀ ਤੋਂ ਬਾਅਦ 2 ਦਿਨ ਦਾ ਸਮਾਂ ਨਾਮਜ਼ਿੰਦਗੀ ਪੱਤਰ ਵਾਪਸ ਲੈਣ ਲਈ ਦਿੱਤਾ ਜਾਂਦਾ ਹੈ ਜੀ ਅਗਲਾ ਹੈ ਜੀ ਚੋਣ ਮੁਹਿੰਮ ਨਾਮਜ਼ਿੰਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਰਾਜਨੀਤਿਕ ਦਲਾਂ ਨੂੰ ਚੋਣ ਪ੍ਰਚਾਰ ਕਰਨ ਦੇ ਲਈ 20 ਦਿਨ ਜਾਂ ਇਸ ਤੋਂ ਕਰ ਦਾ ਸਮਾਂ ਦਿੱਤਾ ਜਾਂਦਾ ਹੈ ਇਸ ਸਮੇਂ ਦੌਰਾਨ ਚੋਣ ਲੜ ਰਹੇ ਰਾਜਨੀਤਿਕ दल ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣਾ ਚੋਣ ਪ੍ਰਚਾਰ ਕਰਦੇ ਹਨ ਚੋਣ ਪ੍ਰਚਾਰ ਬੰਦ ਹੋਣਾ ਵੋਟਾਂ ਪੈਣ ਦੀ ਮਿਤੀ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਂਦਾ ਹੈ ਜੀ ਵੋਟਾਂ ਪੈਣ ਦੀ ਨਿਰਧਾਰਤ ਮਿਤੀ ਨੂੰ ਮਤਦਾਤਾ ਪੋਲਿੰਗ ਬੂਥਾਂ ਤੇ ਜਾ ਕੇ ਆਪਣਾ ਵੋਟ ਪਾਉਂਦੇ ਹਨ ਪੋਲਿੰਗ ਦਾ ਸਮਾਂ ਵੀ ਚੋਣ ਆਯੋਗ ਦੇ ਦੁਆਰਾ ਹੀ ਨਿਰਧਾਰਤ ਕੀਤਾ ਜਾਂਦਾ ਹੈ ਗਿਣਤੀ ਚੋਣ ਆਯੋਗ ਦੁਆਰਾ ਨਿਰਧਾਰਿਤ ਮਿਤੀ ਨੂੰ ਵੋਟਾਂ ਦੀ ਗਿਣਤੀ ਆਪਣੀ ਨਿਗਰਾਨੀ ਹੇਠ ਚੋਣ ਅਮਲੇ ਦੁਆਰਾ ਕਰਵਾਈ ਜਾਂਦੀ ਹੈ ਨਤੀਜੇ ਵੋਟਾਂ ਦੀ ਗਿਣਤੀ ਤੋਂ ਬਾਅਦ ਜੇਤੂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਜੀ ਤੇ ਆ ਉਸ ਤੋਂ ਅਗਲਾ ਕੁਸ਼ਣ ਦੇਖਦੇ ਹਾਂ ਜੀ ਸਵਾਲਾ ਕੁਸ਼ਣ ਇਸ ਤਰ੍ਹਾਂ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ ਇੱਕ ਨੋਟ ਲਿਖੋ ਪ੍ਰਮਾਤਮਾ ਇੱਕ ਹੈ ਉਹ ਸਰਵ ਸ਼ਕਤੀਮਾਨ ਹੈ ਸਾਰੇ ਮਨੁੱਖ ਇੱਕ ਹੀ ਪ੍ਰਮਾਤਮਾ ਦੀ ਸੰਤਾਨ ਹਨ ਪਰਮਾਤਮਾ ਦੀ ਭਗਤੀ ਸੱਚੇ ਮਨ ਦੇ ਨਾਲ ਕਰਨੀ ਚਾਹੀਦੀ ਹੈ। ਮਨੁੱਖ ਨੂੰ ਸਦਾ ਨੇਕ ਕਮਾਈ ਕਰ ਖਾਣੀ ਚਾਹੀਦੀ ਹੈ। ਮਨੁੱਖ ਨੂੰ ਹੱਥੀਂ ਕਿਰਤ ਕਰਨੀ ਚਾਹੀਦੀ ਹੈ। ਔਰਤ ਮਹਾਪੁਰਖਾਂ ਨੂੰ ਜਨਮ ਦਿੰਦੀ ਹੈ ਉਸ ਦੀ ਇੱਜ਼ਤ ਕਰਨੀ ਚਾਹੀਦੀ। ਮਨੁੱਖ ਨੂੰ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਚਾਹੀਦਾ ਹੈ। ਜਾਤ ਪਾਤ, ਭੇਦ ਭਾਵ ਇੱਕ ਵਿਖਾਵਾ ਹੈ। ਸਭ ਨੂੰ ਬਰਾਬਰ ਸਨਮਾਨ ਦੇਣਾ ਚਾਹੀਦਾ ਹੈ ਜੀ। ਤੇ ਆਓ ਸਾਨੂੰ ਆ ਪਾਗਲਾ ਕੁਐਸਚਨ ਦੇਖਦੇ ਹਾਂ ਦੇਖਦੇ ਹਾਂ ਜੀ ਇਸ ਨੂੰ ਤੁਹਾਡੇ ਲਈ ਇੱਕ ਐਕਸਟਰਾ ਕੁਐਸਚਨ ਹੈ ਕਿ ਕਾਫੀ ਇੰਪੋਰਟੈਂਟ ਹੈ ਤੇ ਹੋਪ ਹੈ ਕਿ ਇਹ ਪ੍ਰੀ ਬੋਰਡ ਤੇ ਫਾਈਨਲ ਪੇਪਰ ਦੇ ਵਿੱਚ ਵੀ ਤੁਹਾਨੂੰ ਪੇਪਰਾਂ ਦੇ ਵਿੱਚ ਮਿਲ ਸਕਦੀ ਹੈ ਤੇ ਵਿਦਿਆਰਥੀਓ ਅੱਗੇ ਚੱਲਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਿਸ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਹੈ ਜੀ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦੇਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਦੇ ਨੋਟੀਫਿਕੇਸ਼ਨ ਨੂੰ ਜਰੂਰ ਔਨ ਕਰ ਲੈਣਾ ਹੈ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਆਓ ਕੁਐ ਛੁਪੀ ਬੇਰੁਜ਼ਗਾਰੀ ਅਤੇ ਮੌਸਮੀ ਬੇਰੁਜ਼ਗਾਰੀ ਦੇ ਵਿੱਚ ਕੀ ਅੰਤਰ ਹੈ ਸਪਸ਼ਟ ਕਰਨਾ ਹੈ ਜੀ ਛੁਪੀ ਬੇਰੁਜ਼ਗਾਰੀ ਕੀ ਹੈ ਜੀ ਇਹ ਬੇਰੁਜ਼ਗਾਰੀ ਦੀ ਉਹ ਕਿਸਮ ਹੈ ਜਿੱਥੇ ਕਿਸ ਜਿੱਥੇ ਕਿਸੇ ਕੰਮ ਦੇ ਵਿੱਚ ਲੋੜ ਤੋਂ ਜ਼ਿਆਦਾ ਮਜ਼ਦੂਰ ਲੱਗੇ ਹੋਏ ਹਨ ਮਜ਼ਦੂਰਾਂ ਦੀ ਲੋੜ ਘੱਟ ਹੈ ਪਰ ਜ਼ਿਆਦਾ ਲੱਗੇ ਹੋਏ ਹਨ ਤਾਂ ਉਹ ਇੱਕ ਤਰ੍ਹਾਂ ਦੀ ਛੁਪੀ ਬੇਰੁਜ਼ਗਾਰੀ ਦੇ ਅੰਦਰ ਆਉਂਦਾ ਹੈ ਜੀ ਮੌਸਮੀ ਬੇਰੁਜ਼ਗਾਰੀ ਏ ਬੇਰੁਜ਼ਗਾਰੀ ਦੀ ਉਹ ਕਿਸਮ ਹੈ ਜਦੋਂ ਲੋਕਾਂ ਨੂੰ ਸਾਲ ਦੇ ਵਿੱਚ ਕੁਝ ਮਹੀਨੇ ਕੰਮ ਮਿਲਦਾ ਹੈ ਤੇ ਬਾਕੀ ਮਹੀਨਿਆਂ ਦੇ ਵਿੱਚ ਉਹ ਬੇਰੁਜ਼ਗਾਰ ਰਹਿੰਦੇ ਹਨ ਛੂਪੀ ਬੇਰੁਜ਼ਗਾਰੀ ਇਹ ਖੇਤੀ ਖੇਤਰ ਦੇ ਵਿੱਚ ਪਾਈ ਜਾਂਦੀ ਹੈ ਤੇ ਇਹ ਖੇਤੀ ਸੰਬੰਧੀ ਉਦਯੋਗਾਂ ਦੇ ਵਿੱਚ ਪਾਈ ਜਾਂਦੀ ਹੈ ਇਹ ਪਿੰਡੂ ਖੇਤਰ ਵਿੱਚ ਪਾਈ ਜਾਂਦੀ ਹੈ ਇਹ ਪਿੰਡੂ ਅਤੇ ਸ਼ਹਿਰੀ ਦੋਨਾਂ ਦੇ ਖੇਤਰਾਂ ਵਿੱਚ ਪਾਈ ਜਾਂਦੀ ਹੈ ਜੀ ਤੇ ਆਓ ਹੁਣ ਆਪਾਂ ਅਗਲਾ ਕੁਐਸਚਨ ਦੇਖਦੇ ਹੁਣ ਆਪਾਂ ਇਹ ਸਾਰੇ ਹੀ ਜੋ ਕੁਐਸਚਨਸ ਹਨ ਉਹ ਆਪਾਂ ਕਰ ਲਏ ਹਨ ਤੇ ਆਓ ਹੁਣ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ ਜੀ ਅਗਲਾ ਆਪਣੇ ਕੋ ਹੈ ਜੀ ਸਰੋਤ ਅਧਾਰਿਤ ਪ੍ਰਸ਼ਨ ਹੈ ਜੀ ਆਪਣੇ ਕੋ ਤੇ ਇਹ ਪੈਰਾਗ੍ਰਾਫ ਨੂੰ ਪਹਿਲਾਂ ਤੁਸੀਂ ਪੜ੍ਹ ਲੈਣਾ ਹੈ ਤੇ ਪੜ੍ਹ ਕੇ ਆਪਾਂ نیچے ਚਾਰ ਕੁਐਸਚਨ ਹਨ ਉਹਨਾਂ ਦੇ ਆਨਸਰ ਦੇਣੇ ਹਨ ਜੀ ਪਹਿਲਾ ਕੁਐਸਚਨ ਹੈ ਜੀ ਅੰਗਰੇਜ਼ਾਂ ਦਾ ਵਣ ਕਾਨੂੰਨ ਬਣਾਉਣ ਦੇ ਪਿੱਛੇ ਕੀ ਮੁੱਖ ਉਦੇਸ਼ ਸੀ ਤੇ ਇਸ ਦਾ ਆਪਾਂ ਆਨਸਰ ਲਿਖਣਾ ਜੀ ਉਹਨਾਂ ਦਾ ਮੁੱਖ ਉਦੇਸ਼ ਸਥਾਨਕ ਲੋਕਾਂ ਅਤੇ ਵਪਾਰੀਆਂ ਨੂੰ ਜੰਗਲ ਦੀ ਕਟਾਈ ਤੋਂ ਰੋਕਣਾ ਸੀ ਪਹਿਲੇ ਕੁਸ਼ਚਨ ਦਾ ਆਨਸਰ ਆਪਣੇ ਕੋਈ ਆ ਜਾਏਗਾ ਜੀ ਦੂਸਰਾ ਕੁਸ਼ਚਨ ਦੇਖੋ ਜੀ ਲਾਰਡ ਡਲਹੌਜੀ ਨੇ ਵਣਾਂ ਦੀ ਰੱਖਿਆ ਲਈ ਕਾਨੂੰਨ ਕਦੋਂ ਬਣਾਇਆ ਤੇ ਇਸ ਦੇਖੋ ਜੀ ਲਾਰਡ ਡਲਹੌਜੀ ਨੇ 1855 ਈਸਵੀ ਵਿੱਚ ਪੂਰੇ ਦੇਸ਼ ਵਿੱਚ ਵਣ ਸੁਰੱਖਿਆ ਲਈ ਨਿਯਮ ਬਣਾਏ ਤੇ ਇਹ ਆਪਣੇ ਕੋ ਦੂਸਰੇ ਦਾ ਆਨਸਰ ਆ ਜਾਏਗਾ ਜੀ ਤੇ ਆਓ ਤੀਸਰਾ ਕੁਸ਼ਚਨ ਦੇਖਦੇ ਹਾਂ ਸੋ ਤੀਸਰਾ ਹੈ ਜੀ ਵਣ ਮਹਾ ਨਿਦੇਸ਼ਕ ਡਾਇਰੈਕਟਰ ਜਰਨਲ ਕਿਸ ਦੇਸ਼ ਦਾ ਰਹਿਣ ਵਾਲਾ ਸੀ ਤੇ ਉਹ ਸੀ ਆਪਣਾ ਜੀ ਜਰਮਨ ਇਸ ਦਾ ਆਨਸਰ ਰਹਿਣਾ ਤੁਸੀਂ ਜਰਮਨੀ ਲਿਖ ਦੇਣਾ ਹੈ ਜੀ ਜਰਮਨ ਤੇ ਲਾਸਟ ਆਪਣੇ ਕੋ ਹੈ ਜੀ ਕੁਸ਼ਨ ਭਾਰਤ ਦੀ ਆਧੁਨਿਕ ਬਾਗਬਾਨੀ ਦਾ ਮੋਢੀ ਕਿਸ ਨੂੰ ਕਿਹਾ ਜਾਂਦਾ ਹੈ ਤੇ ਇਸ ਦਾ ਆਨਸਰ ਆ ਜਾਏਗਾ ਜੀ ਆਪਣੇ ਕੋ ਡਾਇਟ੍ਰਿਚ ਬ੍ਰੈਂਡਿਸ ਤੇ ਇਸ ਦਾ ਆਪਣੇ ਕੋ ਆਨਸਰ ਆ ਜਾਏਗਾ ਜੀ ਤੇ ਆਉ ਸ਼ੁਰੂ ਲੱਗੇ ਹੈ ਜੀ ਆਪਣੇ ਕੋ ਨਕਸ਼ੇ ਤੇ ਅਧਾਰਿਤ ਪ੍ਰਸ਼ਨ ਹਾਂ ਜੀ ਤੇ ਤੁਸੀਂ ਭਾਰਤ ਦੇ ਨਕਸ਼ੇ ਵਿੱਚ ਮਾਨਕ ਲੰਬਕਾਰ ਮਹਾਰਾਸ਼ਟਰ আরাਬਲੀ ਪਹਾੜਤ ਕਰਕ ਰੇਖਾ ਨੂੰ ਦਰਸਾਉਣਾ ਹੈ ਜੀ ਤੇ ਪੰਜਾਬ ਦੇ ਨਕਸ਼ੇ ਦੇ ਵਿੱਚ ਸਤਲੁਜ ਮਾਲਵਾ ਵਿਆਸ ਚੰਡੀਗੜ੍ਹ ਨੂੰ ਦਰਸਾਉਣਾ ਹੈ ਜੀ ਤੇ ਇਹ ਤੁਸੀਂ ਨਕਸ਼ੇ ਵਾਲੇ ਕੁਸ਼ਨਸ ਖੁਦ ਕਰ ਲੈਣੇ ਹਨ ਜੀ ਹੋਪ ਹੈ ਕਿ ਸਟੂਡੈਂਟ ਨੂੰ ਤੁਹਾਨੂੰ ਸਾਰੇ ਜੋ ਕੁਸ਼ਨ ਕਰਵਾਏ ਹਨ ਅਚਿਤਨਾ ਸਮਝ ਲੱਗ ਗਏ ਹੋਣਗੇ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਹੈ ਤੇ ਇਸ ਨੂੰ ਲਾਈਕ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦੇਣਾ ਹੈ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਦੇ ਨੋਟੀਫਿਕੇਸ਼ਨ ਨੂੰ ਜਰੂਰ ਆਨ ਕਰ ਲੈਣਾ ਹੈ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਹੁਣ ਜਲਦੀ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ